ਲੱਖ ਰੁਪਇਆ ਲਗਾ ਕੇ ਨਵੀਂ ਗੱਡੀ ਖਰੀਦੀ ਜਾਂਦੀ ਹੈ, ਚਾਰ ਦਿਨਾਂ ਬਾਅਦ ਇਹ ਗੱਡੀ ਖਰਾਬ ਹੋ ਜਾਂਦੀ ਹੈ, ਜਿਸ ਤੋਂ ਬਾਅਦ ਮੁੰਡਿਆਂ ਦਾ ਗੁੱਸਾ ਸੱਤਵੇਂ ਅਸਮਾਨ ਦੇ ਉੱਤੇ ਪਹੁੰਚ ਜਾਂਦਾ ਹੈ ਤੇ ਏਜੰਸੀ ਦੇ ਬਾਹਰ ਗੱਡੀ ਯਾਨੀ ਕਿ ਜੋ ਟਿੱਪਰ 50 ਲੱਖ ਰੁਪਏ ਦਾ ਖਰੀਦਿਆ ਸੀ ਉਸ ਨੂੰ ਲਿਆ ਕੇ ਖੜਾ ਦਿੰਦੇ ਨੇ। ਇੱਥੋਂ ਤੱਕ ਕਿ ਸ਼ੋਰੂਮ ਦੇ ਗੇਟ ਨੂੰ ਜਿੰਦਾ ਲਗਾਉਂਦੇ ਹੋਏ ਵੀ ਵਿਖਾਈ ਦਿੰਦੇ ਨੇ ਤਾਂ ਕਿ ਰਸਤਾ ਬੰਦ ਕਰ ਦਿੱਤਾ ਜਾਵੇ। ਤਾਂ ਮੌਕੇ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਹੁਸ਼ਿਆਰਪੁਰ ਜਲੰਧਰ ਮਾਰਗ ਦੇ ਉੱਤੇ, ਜਿੱਥੇ ਕਿ ਏਜੰਸੀ ਵਾਲਿਆਂ ਦੇ ਖਿਲਾਫ ਜੰਮ ਕੇ ਹੰਗਾਮਾ ਕੀਤਾ ਗਿਆ ਇਹਨਾਂ ਮੁੰਡਿਆਂ ਦੇ ਵੱਲੋਂ। ਆਖਿਰਕਾਰ ਕੀ ਕਾਰਨ ਰਹੇ ਨੇ, ਕਿਸ ਤਰ੍ਹਾਂ ਹੰਗਾਮਾ ਕੀਤਾ ਗਿਆ, ਇੱਕ ਵਾਰ ਤਸਵੀਰਾਂ ਦਾ ਰੁਖ ਕਰਦੇ ਹਾਂ। ਭਾਈ ਸੁਖਵਿੰਦਰ ਸਿੰਘ ਨਾਮ ਆ ਮੇਰਾ, ਪਿੰਡ ਗਲੌਰ ਭਾਅ ਜੀ, ਡਾਕਖਾਨਾ ਸੰਸਾਰਪੁਰ, ਤਹਿਸੀਲ ਦਸੂਹਾ ਭਾਅ ਜੀ। ਕੀ ਪ੍ਰੋਬਲਮ ਆਈ ਤੁਹਾਨੂੰ? ਭਾਅ ਜੀ ਅਸੀਂ ਟਾਟਾ ਲੇਵਰਾ ਤੋਂ ਗੱਡੀ ਲਈ ਸੀ ਨਵੀਂ। ਕਿਹੜੀ ਜਗ੍ਹਾ ਤੋਂ ਜੀ? ਇਹ ਹੁਸ਼ਿਆਰਪੁਰ ਤੋਂ ਜਲੰਧਰ ਰੋਡ ਤੋਂ ਜੀ। ਅੱਛਾ ਜੀ, ਕੀ ਦਿੱਕਤ ਆ ਗਈ? ਗੱਡੀ 20 ਤਰੀਕ ਨੂੰ ਲੈ ਗਏ ਜੀ, 21 ਨੂੰ ਅਸੀਂ ਗੱਡੀ ਪਜਾਈਏ ਸ਼ਾਮਾਂ ਨੂੰ ਲੈ ਗਏ 20 ਨੂੰ, ਅਤੇ 23 ਤਰੀਕ ਨੂੰ ਅਸੀਂ ਕੰਮ 'ਤੇ ਲਾਈਏ ਜੀ, 24 ਤਰੀਕ ਨੂੰ ਗੱਡੀ ਬ੍ਰੇਕ ਡਾਊਨ ਆ ਜੀ। ਅੱਛਾ ਜੀ। ਇਹਨਾਂ ਨੂੰ ਫੋਨ ਕੀਤਾ, ਚਲੋ ਅਗਲੇ ਦਿਨ ਹੋਲੀ ਆ ਗਈ 25 ਨੂੰ, 25 ਨੂੰ ਕੋਈ ਨਹੀਂ ਆਇਆ, 26 ਤਰੀਕ ਨੂੰ ਬੰਦੇ ਆਉਣ ਡੇ ਇਹਨਾਂ ਦੇ ਜੀ, ਕੋਈ ਮਸਲਾ ਹੱਲ ਨਹੀਂ ਹੋਇਆ। 27 ਨੂੰ ਫਿਰ ਟੈਕਨੀਸ਼ੀਅਨ ਆਇਆ, ਕੋਈ ਮਸਲਾ ਹੱਲ ਨਹੀਂ ਹੋਇਆ। 28 ਨੂੰ ਫਿਰ ਆਇਆ, ਫਿਰ ਕੋਈ ਮਸਲਾ ਹੱਲ ਨਹੀਂ ਹੋਇਆ। ਫਿਰ 2 ਦਿਨ ਇਹਨਾਂ 'ਚੋਂ ਆਇਆ ਜੀ ਕੋਈ ਨਹੀਂ। ਪਰਸੋਂ ਆਇਆ, ਠੀਕ ਹੈ ਜੀ, ਸਾਡਾ ਇੱਕ ਹੋਰ ਬੰਦਾ ਆ ਰਿਹਾ, ਉਹ ਵੀ ਆਇਆ, ਉਹ ਵੀ ਹੱਥ ਖੜੇ ਕਰ ਗਿਆ ਜੀ। ਕੱਲ੍ਹ ਇੰਜੀਨੀਅਰ ਆਇਆ, ਉਹ ਵੀ ਹੱਥ ਖੜੇ ਕਰ ਗਿਆ ਜੀ। ਇਹਦਾ ਕੋਈ ਮਸਲਾ ਸਾਡਾ ਹੋਇਆ ਕੋਈ ਨਹੀਂ। ਇਹਨਾਂ ਮੈਂ ਕਿਹਾ ਜਾਂ ਤਾਂ ਗੱਡੀ ਲੈ ਜਾਓ ਉੱਥੇ ਏਜੰਸੀ ਦੀ, ਉੱਥੇ ਜਾ ਕੇ ਜੋ ਕਰਨਾ ਕਰਦੇ ਰਹੋ, ਇਹਦਾ ਇੱਥੋਂ ਸਾਈਡ ਤੋਂ ਲੈ ਜਾਓ। ਅਤੇ ਕਹਿੰਦੇ ਨੇ ਗੱਡੀ ਅਸੀਂ ਲੈ ਕੇ ਨਹੀਂ, ਤੁਸੀਂ ਛੱਡ ਕੇ ਜਾਓ, ਗੱਡੀ ਪਜਾਤੀ ਨਾ ਕੋਈ ਇੱਥੇ। ਅਸੀਂ ਕਿਹਾ ਜਾਂ ਤਾਂ ਸਾਨੂੰ ਰਿਪਲੇਸ ਕਰਕੇ ਦਿਓ ਪੀਸ, ਠੀਕ ਹੈ ਜੀ, ਅਤੇ ਨਹੀਂ ਤਾਂ ਸਾਨੂੰ ਗੱਡੀ ਦੂਜੀ ਦਿਓ ਭਾਅ ਜੀ। ਜਾਂ ਤਾਂ ਸਾਨੂੰ ਰਿਪਲੇਸ ਕਰਕੇ ਪੀਸ ਦੇਣ, ਨਹੀਂ ਤਾਂ ਸਾਨੂੰ ਹਾਂ ਗਰੰਟੀ ਦੇਣ ਵੀ ਹਾਂ ਗੱਡੀ ਅਸੀਂ ਇੰਨੇ ਦਿਨਾਂ 'ਚ ਓਕੇ ਕਰਕੇ ਦਿੰਦੇ ਹਾਂ। 20 ਤਰੀਕ ਨੂੰ ਗੱਡੀ ਦੀ ਕਿਸ਼ਤ ਆ ਗਈ ਜੀ, 1 ਦਿਨ ਮਾਤਰ ਗੱਡੀ ਚੱਲੀ ਹੈ, 10 ਦਿਨਾਂ 'ਚ ਖੜੀ ਨੂੰ ਹੋ ਗਏ ਜੀ, ਅਤੇ 20 ਤਰੀਕ ਨੂੰ ਕਿਸ਼ਤ ਆ ਗਈ। ਇਹ ਗੱਡੀ ਦੀ ਕਿਸ਼ਤ ਭਰਨ, ਸਾਡੇ ਨਾਲ ਪੂਰਾ ਮਹੀਨਾ ਟਰਾਈ ਲਈ ਜਾਣ, ਜਦ ਇਹਨਾਂ ਸੰਤੁਸ਼ਟੀ ਹੋ ਜੂ ਸਾਨੂੰ 10 ਦਿਨ। ਇਹਦੀ ਬਜਾਏ ਗੱਡੀ ਅਸੀਂ ਰੈਂਟ 'ਤੇ ਲਾਈ ਹੋਈ ਆ, ਉੱਥੇ 2.5 ਲੱਖ ਰੁਪਏ ਰੈਂਟ 'ਤੇ ਲਾਈ ਆ, ਉਹ ਗੱਡੀ ਦਾ ਰੈਂਟ ਭਰੀ ਜਾਣ, ਜਦ ਤੱਕ ਗੱਡੀ ਨੇ ਤੋਂ ਇਹ ਓਕੇ ਨਹੀਂ ਹੁੰਦੀ। ਨੁਕਸਾਨ ਪਰ ਡੇ 25,000 ਰੁਪਇਆ ਇਹਦੇ ਹੋ ਰਿਹਾ ਜੀ, 1.5 ਲੱਖ ਰੁਪਏ ਮੰਥਲੀ 'ਤੇ ਗੱਡੀ ਵੈਸੇ ਲਾਈ ਹੋਈ ਹੈ। ਕਿਸ਼ਤ ਦੀ 1,14,000 ਰੁਪਈਏ, 20 ਤਰੀਕ ਨੂੰ ਗੱਡੀ ਆਈ ਕਿਸ਼ਤ ਆਈ।
ਹਾਂਜੀ, ਇੱਕ ਦਿਨ ਗੱਡੀ ਚੱਲੀ ਮਾਤਰ ਜਦੀ ਲਈ ਹੈ ਜੀ। ਏਜੰਸੀ ਵਾਲਾ ਕੋਈ ਸੁਣਦਾ ਪਿਆ ਨਹੀਂ ਜੀ, ਇਹਨਾਂ ਨੂੰ ਇਹ ਕਿਹਾ ਵੀ ਜਾਂ ਸਾਨੂੰ ਲਿਖ ਕੇ ਦੋ ਰਿਟਰਨ 'ਚ ਵੀ ਹਾਂ ਅਸੀਂ ਆਹ ਖਰਚ ਕਿਸ਼ਤ ਭਰਦੇ ਹਾਂ ਔਰ ਜਿਹੜੀ ਗੱਡੀ ਤੁਸੀਂ ਰੈਂਟ 'ਤੇ ਲਈ ਉਹਦਾ ਕਿਰਾਇਆ ਭਰਦੇ ਹਾਂ ਔਰ ਸਾਨੂੰ ਇਹਦੀ ਲਿਖ ਕੇ ਦਿਓ ਗਰੰਟੀ ਵੀ ਹਾਂ ਦੁਬਾਰਾ ਪ੍ਰੋਬਲਮ ਤੁਹਾਨੂੰ ਨਹੀਂ ਆਉਂਦੀ, ਅਗਰ ਫਿਰ 2 ਮਹੀਨੇ ਦੇ ਵਿੱਚ ਪ੍ਰੋਬਲਮ ਆਉਂਦੀ ਆ ਤਾਂ ਅਸੀਂ ਤੁਹਾਡੀਆਂ 2 ਮਹੀਨੇ ਕਿਸ਼ਤਾਂ ਉਹ ਵੀ ਭਰਾਂਗੇ ਔਰ ਗੱਡੀ ਤੁਹਾਨੂੰ ਰਿਪਲੇਸ ਕਰਕੇ ਦੂਜੀ ਦੇਵਾਂਗੇ। ਉਹ ਸਾਨੂੰ ਰਿਟਰਨ 'ਚ ਕੁਛ ਨਹੀਂ ਦੇ ਰਹੇ, ਪੂਰੀ ਖੋਲੀ ਪਈ, ਡਿਸਮੈਂਟਲ ਗੱਡੀ ਕੀਤੀ ਪਈ ਹੈ ਜੀ, A to Z ਨਾਲ ਸਾਰਾ ਹੀ ਤਾਮ ਜਾਮ ਸਾਰਾ ਖੋਲ ਕੇ ਚੈੱਕ ਕਰ ਲਿਆ ਇਹਨਾਂ ਨੇ, ਇਹਨਾਂ ਨੂੰ ਹਜੇ ਤੱਕ ਫਾਲਟ ਹੀ ਨਹੀਂ ਮਿਲਿਆ ਜੀ। ਹਰਪ੍ਰੀਤ ਸਾਹਿਬ ਇਹਨਾਂ ਦੇ ਹੈਗੇ ਆ, ਗੱਲ ਹੋਈ ਆ, ਪਰਸੋਂ ਉਹਨਾਂ ਨੂੰ ਫੋਨ ਕੀਤਾ ਸੀ, ਉਹ ਕਹਿੰਦਾ ਯਾਰ ਮੈਂ ਤੁਹਾਨੂੰ ਗੱਡੀ ਦੇ ਕੇ ਫਸ ਗਿਆ, ਤੁਸੀਂ ਵਾਰ ਵਾਰ ਫੋਨ ਕਰੀ ਜਾਂਦੇ ਹੋ, ਉਲਟ ਏਜੰਸੀ ਵਾਲੇ ਕਹਿੰਦੇ ਆ ਜੀ। ਹਾਂਜੀ ਅਸੀਂ ਗੱਡੀ ਦੇ ਕੇ ਫਸ ਗਏ ਜੀ। ਮੇਲ ਭਾਈ ਕਸਟਮਰ ਕੇਅਰ 'ਚ ਵੀ ਕੰਪਲੇਂਟ ਕੀਤੀ ਹੋਈ ਆ, ਕੰਪਲੇਂਟ ਨੰਬਰ ਵੀ ਹੈਗਾ, ਮੇਲ ਵੀ ਕੀਤੀ ਹੋਈ, ਲਿਬਰਾ ਮੋਟਰ 'ਚ ਵੀ ਕੀਤੀ ਹੋਈ ਆ ਔਰ ਟਾਟਾ ਮੋਟਰ ਦੇ ਇਹਨਾਂ ਦੇ ਕੇਅਰ 'ਚ ਵੀ ਕੀਤੀ ਹੋਈ ਆ। ਨਹੀਂ ਹਜੇ ਤਾਂ ਕੁਛ ਨਹੀਂ ਹੈ, ਕੋਈ ਰਿਪਲਾਈ ਨਹੀਂ। ਟੈਕਨੀਸ਼ੀਅਨ ਨੇ ਲਿਖ ਕੇ ਦਿੱਤਾ ਹੋਇਆ ਕਹਿੰਦਾ ਵੀ ਅਸੀਂ 25 ਤਰੀਕ ਤੋਂ ਆ ਰਹੇ ਹਾਂ, ਸਾਡੇ ਕੋਲ ਕੋਈ ਮਸਲਾ ਹੱਲ ਨਹੀਂ ਹੋਇਆ ਜੀ। ਹਾਂਜੀ ਨਹੀਂ ਕੋਈ ਹੱਲ ਨਹੀਂ ਹੋਇਆ ਜੀ, ਦੋ ਹੀ ਮਸਲੇ। ਭਾਈ ਸਾਡਾ ਜਿਹੜੀ ਗੱਡੀ ਰੈਂਟ 'ਤੇ ਲਾਈ ਆ ਉਹ ਗੱਡੀ ਦਾ ਰੈਂਟ ਭਰਨੇ, ਇਹ ਗੱਡੀ ਦੀਆਂ ਤਦ ਤੱਕ ਕਿਸ਼ਤਾਂ ਭਰਨੇ ਜਦ ਤੱਕ ਹੁਣ ਅਸੀਂ ਸਰਟੀਫਾਈਡ ਨਹੀਂ ਹੁੰਦੇ ਤੇ। ਹਾਂਜੀ ਸਾਡੇ ਸਰ ਆਪਣਾ ਇਕੱਠਿਆਂ ਦਾ ਕੰਮ ਹੈਗਾ, ਰੇਲਵੇ ਪ੍ਰੋਜੈਕਟ ਅਸੀਂ ਇਕੱਠਿਆਂ ਨੇ ਫੜਿਆ ਹੋਇਆ ਹੈਗਾ, ਅਸੀਂ ਇਕੱਠੇ ਕੰਮ ਪਾਰਟਨਰ ਕਿਹੜੇ ਪਾਰਟਨਰਸ਼ਿਪ 'ਚ ਕੰਮ ਕਰ ਰਹੇ ਨੇ। ਸਾਨੂੰ ਰੈਂਟ ਨਾ ਦੇਣਾ ਪਵੇ ਇਸ ਲਈ ਅਸੀਂ ਨਿਊ ਪਰਚੇਜ ਗੱਡੀ ਕੀਤੀ ਹੈਗੀ ਹੈ, ਬਟ ਜਦੋਂ ਦੀ ਅਸੀਂ ਗੱਡੀ ਲਈ ਹੈ ਸਰ ਅਸੀਂ ਪਰੇਸ਼ਾਨ ਹੋਏ ਪਏ ਹਾਂ। ਅਸੀਂ ਇਹਨਾਂ ਨੂੰ ਰਿਕੁਐਸਟਾਂ ਕੀਤੀਆਂ, ਸਾਡੇ ਕੋਲ ਇਹਨਾਂ ਰਿਕੁਐਸਟਾਂ ਦੇ ਸਾਡੇ ਕੋਲ ਰਿਟਨ ਵਾਈਜ਼ ਵੀਡੀਓ ਵਗੈਰਾ ਸਾਡੇ ਕੋਲ ਸਾਰੇ ਪ੍ਰੂਫ ਹੈਗੇ ਨੇ, ਬਟ ਸਰ ਟਾਟਾ ਨੇ ਜੋ ਸਾਡੇ ਨਾਲ ਪਹਿਲਾਂ ਵਾਅਦਾ ਕੀਤਾ ਸਰ ਉਹ ਤੋਂ ਕੋਈ ਵੀ ਪੂਰਾ ਨਹੀਂ ਕੀਤਾ ਹੈਗਾ, ਅਸੀਂ ਪਰੇਸ਼ਾਨ ਹੋ ਕੇ ਹਾਰ ਕੇ ਗੱਡੀ ਇੱਥੇ ਲੈ ਕੇ ਆਏ ਹੈਗੇ ਆ। ਸਰ ਅਸੀਂ 48 ਲੱਖ ਦੀ ਗੱਡੀ ਲਈ ਹੈ, ਟਾਟਾ ਸਿਗਮਾ ਗੱਡੀ ਹੈਗੀ ਹੈ। ਹਾਂਜੀ ਸਰ ਅਸੀਂ 10 ਤੋਂ 12 ਦਿਨ ਤੋਂ ਅਸੀਂ ਪਰੇਸ਼ਾਨ ਕੰਟੀਨਿਊ ਹੋ ਰਹੇ ਹੈਗੇ ਹਾਂ, ਬਟ ਸਰ ਹਰੇਕ ਬੰਦੇ ਇੱਕ ਚਾਹ ਹੁੰਦਾ ਹੈ, ਮਿਡਲ ਕਲਾਸ ਬੰਦਾ ਗੱਡੀ ਲੈਂਦਾ ਅਤੇ ਬੜੇ ਚਾਵਾਂ ਨਾਲ ਲੈਂਦਾ ਹੈਗਾ, ਬਟ ਜਦੋਂ ਸਰ ਇੱਦਾਂ ਦੀ ਪ੍ਰੋਬਲਮ ਆਉਂਦੀ ਹੈ ਅਤੇ ਆਮ ਆਮ ਬੰਦੇ ਨੂੰ ਬੜੀ ਪ੍ਰੋਬਲਮ ਆਉਂਦੀ ਹੈ ਇਸ ਚੀਜ਼ ਤੋਂ ਫੇਸ ਕਰਨਾ ਬਹੁਤ ਔਖਾ। ਸਰ ਹਜੇ ਤੱਕ ਪ੍ਰਸ਼ਾਦ ਰੀਬਨ ਤੁਸੀਂ ਬੇਸ਼ੱਕ ਵੀਡੀਓ ਨਾਲ ਦਿਖਾ ਸਕਦੇ ਹੋ ਅਤੇ ਹਜੇ ਤੱਕ ਰੀਬਨ ਪ੍ਰਸ਼ਾਦ ਵਿੱਚ ਹੀ ਪਿਆ ਹੈਗਾ ਸਰ, ਲੇਕਿਨ ਸਾਨੂੰ ਸਰ ਸਾਡੇ ਚਾਵਾਂ ਉੱਤੇ ਪਾਣੀ ਫਿਰ ਗਿਆ ਸਰ। ਸਰ ਅਸੀਂ ਲਿਬਰਾ ਤੋਂ ਲਈ ਆ, ਹੁਸ਼ਿਆਰਪੁਰ ਰੋਡ ਤੋਂ, ਜਲੰਧਰ ਤੋਂ ਰੋਡ ਤੋਂ ਆ, ਲਿਬਰਾ ਕੰਪਨੀ ਹੈ ਉਹਨਾਂ ਤੋਂ ਲਿਆ। ਹਾਂਜੀ ਟਾਟਾ ਸਰ। ਸਰ ਅਸੀਂ ਇਹਨਾਂ ਤੋਂ ਰਿਟਰਨ 'ਚ ਮੰਗ ਰਹੇ ਹਾਂ, ਇਹ ਸਾਨੂੰ ਕਹਿੰਦੇ ਕਿ ਸਾਨੂੰ ਇੱਕ ਮੌਕਾ ਦਿਓ ਹੋਰ, ਅਸੀਂ ਇੱਥੇ ਲੈ ਕੇ ਆਏ। ਅਸੀਂ ਇਹਨਾਂ ਨੂੰ ਇਹ ਕਿਹਾ ਕਿ ਸਰ ਸਾਨੂੰ ਰਿਟਰਨ 'ਚ ਦਿਓ ਕਿ ਤੁਸੀਂ ਇਹਨੂੰ ਸਹੀ ਕਰੋਗੇ, ਬਟ ਸਾਡਾ ਇੱਕ ਕੰਡੀਸ਼ਨ ਰਹੇਗੀ ਹੁਣ, ਕਿਉਂਕਿ ਅਸੀਂ 10 ਦਿਨਾਂ ਤੋਂ ਪਰੇਸ਼ਾਨ ਹੋਏ ਹਾਂ, ਅਸੀਂ ਇਹਦੇ ਦੂਜੀ ਗੱਡੀ ਅਸੀਂ ਰੈਂਟ 'ਤੇ ਲੈ ਕੇ ਆਏ ਹਾਂ, ਉਹਦਾ ਰੈਂਟ ਪੇ ਕਰ ਚੁੱਕੇ ਐਡਵਾਂਸ ਅਸੀਂ, ਔਰ ਜੋ ਸਰ ਸਾਡੀ ਜੋ ਦਿਨ ਦੀ ਅਸੀਂ ਬ੍ਰੇਕਡਾਊਨ ਰਹੀ ਅਸੀਂ ਉਹ ਅਸੀਂ ਇਹਨਾਂ ਤੋਂ ਮੰਗ ਰਹੇ ਹਾਂ, ਜਾਂ ਸਰ ਅਸੀਂ ਰੀਪਲੇਸ ਮੰਗ ਰਹੇ ਹਾਂ ਇਹਨਾਂ ਤੋਂ। ਜਾਂ ਤਾਂ ਸਰ ਅਸੀਂ ਰੈਂਟ ਜੋ ਗੱਡੀ ਅਸੀਂ ਪੇ ਕੀਤਾ ਔਰ ਜੋ ਇੱਥੇ ਖਰਚਾ ਹੋਇਆ ਹੈ ਔਰ 2 ਮਹੀਨੇ ਦੇ ਅਸੀਂ ਇਹਨਾਂ ਤੋਂ ਗਰੰਟੀ ਰਿਟਰਨ 'ਚ ਲੈ ਰਹੇ ਹਾਂ ਕਿ ਕੱਲ੍ਹ ਨੂੰ ਕੋਈ ਪ੍ਰੋਬਲਮ ਆਏਗੀ ਸਾਡੇ ਕੋਲ ਰੀਪਲੇਸ ਕੀਤੀ ਜਾਏਗੀ। ਮੇਰਾ ਨਾਮ ਵਿਜੇ ਕੁਮਾਰ, ਮੈਂ GM ਸਰਵਿਸ ਹਾਂ। ਕਿਹੜੀ ਜਗ੍ਹਾ ਜੀ? ਹੁਸ਼ਿਆਰਪੁਰ 'ਚ ਲਿਬਰਾ ਆਟੋਮੋਬਾਈਲ ਲਿਮਿਟਡ 'ਚ। ਪ੍ਰੋਬਲਮ ਇਹ ਗੱਡੀ ਦੇ ਵਿੱਚ ਨਾ ਪ੍ਰੋਬਲਮ ਆਈ ਸੀ ਅਤੇ ਮੇਰੇ ਬਕਸ ਮੈਨੇਜਰ ਨੇ ਆਪਣੇ ਔਨ ਦਾ ਸਪੋਰਟ ਹੀ ਮੁੰਡੇ ਆਪਣੇ ਭੇਜ ਦਿੱਤੇ ਸੀ, ਜਿੱਥੇ ਸਾਈਡ 'ਤੇ ਖਰਾਬ ਹੋਈ ਸੀ, ਇਹਦਾ ਫਿਊਜ਼ ਡਿਸਕਨੈਕਟ ਹੋ ਰਿਹਾ ਸੀਗਾ ਅਤੇ ਮੇਰੇ ਬਕਸ ਮੈਨੇ ਇਮੀਡੀਏਟਲੀ ਉੱਥੇ ਐਕਸ਼ਨ ਲੈ ਕੇ ਨਾ ਉੱਥੇ ਬੰਦੇ ਭੇਜ ਦਿੱਤੇ। ਦੇਖੋ ਜਿਹੜੇ ਸਾਈਡ 'ਤੇ ਆਪਾਂ ਫਸਟ ਏਡ ਹੀ ਦੇ ਸਕਦੇ ਹਾਂ, ਗੱਡੀ ਸਾਡੇ ਬਕਸ ਮੈਨੇਜਰ ਨੇ ਰਿਕੁਐਸਟ ਕੀਤੀ ਕਿ ਗੱਡੀ ਤੁਸੀਂ ਇੱਥੇ ਲੈ ਆਓ ਸਾਡੇ ਵਰਕਸ਼ਾਪ 'ਚ, ਅਸੀਂ ਕਰ ਦਿੰਦੇ, ਕੋਈ ਦਿੱਕਤ ਨਹੀਂ ਹੈਗੀ। ਉਹ ਗੱਡੀ ਸਾਡੇ ਕੋਲ ਅੱਜ ਦੁਪਹਿਰੇ ਆਈ 12-1 ਵਜੇ, ਤਾਂ ਅਸੀਂ ਇੱਥੇ ਅੰਦਰ ਬਹਿ ਕੇ ਬੜਾ ਸਮਝਾਇਆ ਕਿ ਤੁਸੀਂ ਗੱਡੀ ਆਈ ਅਸੀਂ ਚੈੱਕ ਕਰ ਲੈਂਦੇ ਹਾਂ, ਜੋ ਵੀ ਫਾਲਟ ਆ ਅਸੀਂ ਕੰਪਨੀ ਦੇ ਤੁਹਾਡੇ ਨਾਲ ਖੜ੍ਹੇ ਹਾਂ। ਇਹ ਕਿਹੜਾ ਇੱਕ ਦਿਨ ਦਾ ਕੰਮ ਆ,
ਅਸੀਂ ਉਹਨੂੰ ਜਦੋਂ ਆਪਾਂ ਪੂਰਾ ਕੰਮ ਕਰਨ ਤਿਆਰ ਸੀ, ਮਗਰ ਉਹਨਾਂ ਨੇ ਸਾਡੀ ਗੱਲ ਇੱਕ ਨਹੀਂ ਸੁਣੀ, ਉਹ ਕਹਿੰਦੇ ਸਾਡੀ ਗੱਡੀ ਚੇਂਜ ਕਰ ਦਿਉ, ਗੱਡੀ ਚੇਂਜ ਕਰ ਦਿਉ। ਐਜ਼ ਪਰ ਨੋਰਮਸ ਤਾਂ ਜੋ ਕੰਮ ਆ ਉਹ ਕੰਪਨੀ ਥਰੂ ਹੀ ਕੀਤਾ ਜਾਣਾ, ਕੰਪਨੀ ਬਿਹਾਫ 'ਤੇ ਕੀਤਾ ਜਾਣਾ ਸਾਰਾ ਕੰਮ। ਤਾਂ ਅਸੀਂ ਉੱਥੇ ਕੰਮ ਆਪਾਂ ਕਰ ਰਹੇ ਹਾਂ, ਅਸੀਂ ਹੁਣ ਵੀ ਰਿਕੁਐਸਟ ਕਰ ਰਹੇ ਹਾਂ ਕਿ ਤੁਸੀਂ ਆ ਸਾਨੂੰ ਗੱਡੀ ਦਿਓ, ਸਾਨੂੰ ਇੱਕ ਦਿਨ ਤੱਕ ਕੰਮ ਕਰਨ ਦਿਓ, ਅਸੀਂ ਉੱਥੇ ਕੰਮ ਕਰ ਦਿੰਦੇ, ਸਾਡੀ ਜੋ ਵੀ ਪ੍ਰੋਬਲਮ ਆਈ ਆਪਾਂ ਸੋਲਵ ਕਰਾਂਗੇ। ਬਟ ਉਹਨਾਂ ਨੇ ਜਿਹੜਾ ਸਾਡੇ ਉਹਨਾਂ ਨੇ ਗੇਟ ਹੀ ਰੋਕ ਦਿੱਤਾ, ਇਹ ਤਾਂ ਇੱਕ ਖਿਲਾਫ ਆ ਨਾ ਕਿ ਸਾਡੀ ਪ੍ਰੋਪਰਟੀ 'ਚ ਆ ਕੇ ਸਾਡਾ ਗੇਟ ਹੀ ਬੰਦ ਕਰ ਦਿੰਦੇ ਆ। ਅਤੇ ਪ੍ਰੋਬਲਮ ਕੰਮ ਕਰਨ ਦਾ ਪ੍ਰੋਬਲਮ ਆ, ਬੰਦੇ ਦਾ ਕੋਈ ਰੰਜਿਸ਼ ਕੋਈ, ਆਪਾਂ ਉਹਦੀ ਪ੍ਰੋਪਰਟੀ ਰੋਕ ਦਿੱਤੀ, ਕਸਟਮਰ ਹਰਾਸਮੈਂਟ ਹੋ ਰਿਹਾ। ਅਸੀਂ ਰਿਕੁਐਸਟ ਕਰ ਚੁੱਕੇ ਹਾਂ, ਸਾਡੇ ਸਪੇਅਰ ਪਾਰਟ ਮੈਨੇਜਰ ਨੇ ਰਿਕੁਐਸਟ ਕਰ ਲਈ, ਸਾਡੇ ਬਾਕਸ ਮੈਨੇਜਰ ਨੇ ਰਿਕੁਐਸਟ ਕਰ ਲਈ, ਸਾਡੇ ਹੋਰ ਸੀਨੀਅਰ ਸੇਲਸ ਮੈਨੇਜਰਾਂ ਨੇ ਰਿਕੁਐਸਟ ਕਰ ਲਈ। ਕਹਿਣਾ ਕਹਿੰਦੇ ਵੀ ਸਾਨੂੰ 20 ਤਰੀਕ ਨੂੰ ਗੱਡੀ ਲਈ ਸੀ, 20 ਤਰੀਕ ਨੂੰ ਕਿਸ਼ਤ ਅੱਗੇ ਆ ਗਈ ਹੈਗੀ ਆ ਅਤੇ 10 ਦਿਨ ਤੋਂ ਗੱਡੀ ਜਿਹੜੀ ਆ ਬ੍ਰੇਕ ਡਾਊਨ ਹੈਗੀ ਆ, ਉਹਨਾਂ ਨੇ ਵੀ ਕਿਹਾ ਕਿ ਜੇ ਤੁਹਾਡਾ ਕੋਈ ਨੁਕਸਾਨ ਵੀ ਹੋਇਆ ਅਸੀਂ ਕੁਛ ਨਾ ਕੁਛ ਤੁਹਾਡਾ ਕੋਪਰੇਟ ਕਰਾਂਗੇ। ਠੀਕ ਆ, ਔਨ ਦਾ ਸਪੋਰਟ ਅਸੀਂ ਸਾਰੇ ਇੰਪਲਾਈ ਹਾਂ, ਔਨ ਦਾ ਸਪੋਰਟ ਸਾਨੂੰ ਕਹਿੰਦੇ 5 ਲੱਖ ਰੁਪਇਆ ਸਾਨੂੰ ਦੇ ਦਿਓ। ਅਸੀਂ ਅਗਰ 5 ਲੱਖ ਰੁਪਇਆ ਇੱਦਾਂ ਆਪਾਂ ਦੇਣ ਵਾਲੇ ਹੁੰਦੇ ਤਾਂ ਅਸੀਂ ਜੋਬ ਕਿਉਂ ਕਰਨੀ ਸੀ? ਅਸੀਂ ਤਾਂ ਕੰਮ ਪ੍ਰੋਬਲਮ ਸੋਲਵ ਕਰ ਸਕਦੇ ਹਾਂ। ਅੱਜ ਇਹ ਹੋ ਸਕਦਾ ਨਵੀਂ ਕਹਿੰਦੇ ਗੱਡੀ ਚੇਂਜ ਕਰ ਦਿਉ, ਉੱਥੇ ਕੀ ਪੱਕਾ ਸ਼ੋਰਟੀ ਆ ਕਿ ਉਹ ਗੱਡੀ ਵਿੱਚ ਮਕੈਨੀਕਲ ਫਾਲਟ ਨਹੀਂ ਆਊਗਾ, ਕਿ ਨਹੀਂ ਆ ਸਕਦਾ? ਇਹ ਤਾਂ ਕੰਪਨੀ ਦੇ ਨਾਲ ਤਾਲਮੇਲ, ਸਾਡੀ ਪੂਰੀ ਕੰਪਨੀ ਦਾ ਪੂਰੀ ਕੰਪਨੀ ਦਾ ਤਾਲਮੇਲ ਚੱਲਦਾ ਪਿਆ। ਸਾਡਾ ਕੁਮਿਸ ਇੰਜਨ ਦਾ ਇੰਜੀਨੀਅਰ ਨੇ ਵੀ ਐਡ ਕੀਤਾ ਔਨ ਦਾ ਸਪੋਰਟ 'ਤੇ, ਸਾਡੇ ਕੁਮਿਸ ਦਾ ਇੰਜੀਨੀਅਰ ਸੀ, ਉਹਨੇ ਵੀ ਸਪੋਰਟ 'ਤੇ ਆਪਣਾ ਇੰਜਨ ਚੈੱਕ ਕਰਨ ਲਈ ਭੇਜਿਆ। ਹਾਂਜੀ ਹਾਂਜੀ ਜਾ ਰਹੀਆਂ, ਬਟ ਸਾਡੇ ਮੁੰਡੇ 2-3 ਵਾਰੀ ਗਏ, ਬਟ ਉੱਥੇ ਫਸਟ ਏਡ ਜਿੰਨੀ ਦੇ ਸਕਦੇ ਸੀ ਉਹ ਦੇ ਦਿੱਤੀ। ਜਦ ਤੱਕ ਅਸੀਂ ਕੁਛ ਉਹਨੂੰ ਚੀਜ਼ ਚੈੱਕ ਹੀ ਨਹੀਂ ਕਰਾਂਗੇ, ਸਾਨੂੰ ਉੱਥੇ ਸਾਡੇ ਮੁੰਡੇ ਨੇ ਉਹਨੂੰ ਚੈੱਕ ਨਹੀਂ ਕਰ ਦਿੱਤੀ, ਗੱਡੀ ਕਹਿੰਦੇ ਆਪਾਂ ਚੈੱਕ ਨਹੀਂ ਕਰ ਦੇਣੀ, ਗੱਡੀ ਇੱਦਾਂ ਠੀਕ ਕਰ ਦਿਉ। ਕੋਈ ਵੀ ਚੀਜ਼ ਕਿਤੇ ਹੋਸਪਿਟਲ ਵੀ ਜਾਵਾਂਗੇ ਤਾਂ ਆਪਾਂ ਨੂੰ ਟ੍ਰੀਟਮੈਂਟ ਕਰਨਾ ਹੀ ਪਏਗਾ ਨਾ, ਕੋਈ ਵੀ ਚਾਹੁੰਦਾ ਨਹੀਂ ਕਿ ਉਹਦਾ ਕੋਈ ਫਾਲਟ ਆਵੇ। ਜੇ ਫਾਲਟ ਆਇਆ ਤਾਂ ਸਾਡੀ ਟੀਮ ਪੂਰੀ ਪੂਰੀ ਗਰੁੱਪ ਬੈਠਾ ਉਹਦੇ ਕੰਮ ਕਰਨ ਲਈ। ਸਾਡੇ ਸਾਹਮਣੇ ਕੋਈ ਇਦਾਂ ਦੀ ਕੋਈ ਗੱਲ ਨਹੀਂ ਹੋਈ, ਬਟ ਕੋਈ ਵੀ ਇਦਾਂ ਗੱਲ ਕਰ ਨਹੀਂ ਸਕਦਾ, ਕਿਉਂਕਿ ਅਸੀਂ ਇੱਕ ਦਿਨ ਇਕੱਲੇ ਇਸ ਕਸਟਮਰ ਨੇ ਕੋਈ ਨਾ ਡੀਲ ਕਰਨਾ, ਅਸੀਂ ਪੂਰੇ ਗਰੁੱਪ ਡੀਲ ਕਰਨਾ, ਸਾਡੀ ਪੂਰੀ ਪੰਜਾਬ ਪੰਜ ਸਾਡੀ ਕੰਪਨੀ ਆ। ਜਿੱਦਾਂ ਜੇਕਰ ਕਸਟਮਰ ਅਸੀਂ ਇਸ ਬਿਹੇਵ ਨਾਲ ਬੋਲਾਂਗੇ ਤਾਂ ਸਾਡਾ ਕਿੱਦਾਂ ਕੰਮ ਕਾਰੋਬਾਰ ਚੱਲੇਗਾ ਜੀ? ਅਸੀਂ ਤਾਂ ਰਿਕੁਐਸਟ ਕਰ ਰਹੇ ਹਾਂ ਕਿ ਗੱਡੀ ਸਾਨੂੰ ਗੱਡੀ ਦਿਓ, ਅਸੀਂ ਕੰਮ ਕਰੀਏ, ਅਸੀਂ ਕੰਮ ਕਰਕੇ ਦਈਏ। ਜੇ ਤੁਸੀਂ ਜਾਣ ਲੱਗੇ ਸਾਡੇ ਕੋਲ ਲਿਖਾ ਕੇ ਲਿਖ ਕੇ ਜਾਣਾ, ਕੋਈ ਸ਼ੋਰਟ ਲਿਖਣੀ ਆ ਆਪਾਂ ਲਿਖਦੇ, ਅਸੀਂ ਸੈਟਿਸਫਾਈ ਹਾਂ, ਤੁਸੀਂ ਸੈਟਿਸਫਾਈ ਹੋ ਜਾਓ, ਤੁਸੀਂ ਸਾਨੂੰ ਸੈਟਿਸਫਾਈ ਨੋਟ ਤਾਂ ਦੇ ਦਿਓ।